Hi guys, what's up? It's your boy Cam Zing Zong, baby, once again. Aaj apa portrait kar rahe hain bahut mashhoor international kabaddi player jinada naam hai Sukhman Chohla sahib. Jinna hi thode time pehla death ho gayi aur unna de brother portrait karwa rahe hain chest utte. Aur bahut dukh di gall aa ki ek kabaddi da bahut hi badhiya player hun itthe nahi hai ga. ਭਾਜੀ ਟੈਟੋ ਜਿਹੜਾ ਕਰਵਾ ਰਹੇ ਨੇ ਉਹਨਾਂ ਦੀ ਇੱਕ ਫੋਟੋ ਦਾ ਕਰਵਾ ਰਹੇ ਨੇ ਥੱਲੇ ਇੱਕ ਸਾਈਨ ਕਰਵਾ ਰਹੇ ਨੇ ਲੋਇਨ ਦਾ ਅਤੇ ਇਹ ਲਿਖਵਾ ਰਹੇ ਨੇ ਆਲਵੇਜ਼ ਲਵ ਨੈਵਰ ਫੋਰਗੈਟਨ ਫੋਰ ਐਵਰ ਮਿਸਡ ਭਾਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਦੱਸੋ ਬਹੁਤ ਵਧੀਆ ਫੋਟੋ ਕਰਵਾ ਕੇ ਸੁਖਮਨ ਭਾਜੀ ਦੀ ਤੁਸੀਂ ਸਿੱਖਿਆ ਉਹਨਾਂ ਤੋਂ ਕੁਛ ਸਾਰੇ ਖੇਡੇ ਹੋਏ ਆ ਤੁਸੀਂ ਵੀ ਨਾਲ ਖੇਡੇ ਹੋਏ ਸਾਰੇ ਮੈਨੂੰ ਦੱਸਿਆ ਭਾਜੀ ਨੇ ਕਿ ਕੈਨੇਡਾ ਅਮੈਰੀਕਾ ਆਸਟ੍ਰੇਲੀਆ ਵੀ ਕਿਹੜੀ ਕਿਹੜੀ ਜਗ੍ਹਾ ਹੈ ਨਿਊਜ਼ੀਲੈਂਡ ਦੁਬਈ 'ਚ ਮੈਨੂੰ ਪਤਾ ਨਹੀਂ ਸੀਗਾ ਕਬੱਡੀ ਦੇ ਮੈਚ ਹੁੰਦੇ ਆ ਪਰ ਹੁਣ ਭਾਜੀ ਨੇ ਦੱਸਿਆ ਤਾਂ ਮੈਂ ਬਹੁਤ ਐਕਸਾਈਟਿਡ ਹਾਂ ਕਿ ਮੈਂ ਜ਼ਰੂਰ ਦੇਖਣਾ ਚਾਹੂੰਗਾ ਦੁਬਈ ਦੇ ਵਿੱਚ ਕਿਉਂਕਿ ਮੈਂ ਜ਼ਿਆਦਾ ਦੁਬਈ 'ਚ ਹੀ ਰਹਿੰਦਾ ਅਤੇ ਪੋਰਟਰੇਟ ਸਾਡਾ ਕੰਪਲੀਟ ਹੋ ਗਿਆ ਬਸ ਇਹਦੀ ਆਪਾਂ ਫਿਨਿਸ਼ਿੰਗ ਕਰਨੀ ਆ ਥੋੜ੍ਹੀ ਜਿਹੀ ਇਹਦੀ ਓਫੀਸ਼ੀਅਲ ਵੀਡੀਓ ਤੁਸੀਂ ਦੇਖ ਸਕਦੇ ਹੋ ਮੇਰੇ ਯੂਟਿਊਬ ਚੈਨਲ ਉੱਤੇ ਬਿਹਾਈਂਡ ਦਾ ਸਟੋਰੀ ਕੀ ਹੋਇਆ ਕਿੱਦਾਂ ਹੋਇਆ ਕਿੱਦਾਂ ਆਪਾਂ ਡਿਜ਼ਾਇਨ ਰੈਡੀ ਕੀਤਾ ਪਹਿਲਾਂ ਤਾਂ ਸਾਨੂੰ ਫੋਟੋ ਨਹੀਂ ਲੱਭੀ ਫੋਟੋ ਭਾਜੀ ਨੇ ਮੰਗਵਾਈ ਆ ਭਾਈ ਕਿਹਨਾਂ ਤੋਂ ਮੰਗਵਾਈ ਫੋਟੋ ਕਬੱਡੀ 365 ਕਬੱਡੀ 365 ਬਿਕੋਜ਼ ਇਹਨਾਂ ਦੀਆਂ ਬਹੁਤ ਸਾਰੀ ਪਿਕਚਰ ਸੀਗੀਆਂ ਪਰ ਸਾਨੂੰ ਕੋਈ ਇੱਦਾਂ ਦੀ ਫੋਟੋ ਲੱਗੀ ਨਹੀਂ ਜਿਹਦਾ ਆਪਾਂ ਟੈਟੂ ਬਣਾ ਸਕੀਏ ਬਟ ਇੱਕ ਫੋਟੋ ਸਾਨੂੰ ਲੱਭੀ ਬਹੁਤ ਹੀ ਵਧੀਆ ਜਿਹਦਾ ਪ੍ਰੋਪਰ ਟੈਟੂ ਇੱਕ ਰੈਡੀ ਹੋ ਗਿਆ ਇਹਨਾਂ ਦੇ ਚੈਸਟ ਉੱਤੇ ਚੈਸਟ ਉੱਤੇ ਇੰਨੀ ਜ਼ਿਆਦਾ ਪੇਨ ਨਹੀਂ ਹੁੰਦੀ ਜਿਹੜਾ ਵੀ ਦੇਖ ਰਿਹਾ ਉਹਨੂੰ ਇੱਦਾਂ ਲੱਗ ਰਿਹਾ ਹੋਵੇਗਾ ਕਿ ਬਹੁਤ ਜ਼ਿਆਦਾ ਪੇਨ ਹੋ ਰਹੀ ਆ ਚੈਸਟ ਉੱਤੇ ਬਿਲਕੁਲ ਪੇਨ ਨਹੀਂ ਹੁੰਦੀ ਈਜ਼ੀਲੀ ਤੁਸੀਂ ਟੈਟੂ ਕਰਵਾ ਸਕਦੇ ਹਾਂ ਚੈਸਟ ਉੱਤੇ ਕਿਉਂਕਿ ਜਿਹੜਾ ਚੈਸਟ ਦੀ ਸਕਿਨ ਹੁੰਦੀ ਆ ਬਹੁਤ ਜ਼ਿਆਦਾ ਡਿਫਰੈਂਟ ਹੁੰਦੀ ਆ ਬਾਕੀ ਸਕਿਨ ਨਾਲੋਂ ਕਿਉਂਕਿ ਤੁਹਾਡੇ ਪੇਨ ਹੋਵੇ ਪਰ ਇੱਥੇ ਨਹੀਂ ਹੁੰਦੀ ਬਿਲਕੁਲ ਵੀ ਜੇ ਮੈਂ ਇੱਥੇ ਨਹੀਂ ਕੀਨਾ ਹੈਗਾ ਭਾਜੀ ਤੋਂ ਪੁੱਛ ਲਓ ਭਾਜੀ ਹੋ ਰਹੀ ਆ ਪੇਨ ਨਹੀਂ ਔਰ ਭਾਜੀ ਦੀ ਸਿਹਤ ਦੇਖ ਲਓ ਕਿੰਨੀ ਆ ਇਹ ਪੱਖੀ 'ਤੇ ਰੱਖ ਕੇ ਬੰਦੇ ਨੂੰ ਮਾਰ ਦਿੰਦੇ ਅਤੇ ਸਾਡੀ ਇੰਨੀ ਸਿਹਤ ਬਣ ਜਾਵੇ ਤਾਂ ਆਪਾਂ ਪੂਰਾ ਅਮਰ ਹੋ ਜਾਈਏ ਆਪਾਂ ਅਮਰ ਦੁਨੀਆ 'ਤੇ ਅਮਰ ਹੋ ਜਾਈਏ ਭਾਅ ਜੀ ਮੈਨੂੰ ਕੀ ਕਰਨਾ ਪਊਗਾ ਅਤੇ ਮੈਂ ਹੈਂ ਪ੍ਰੈਕਟਿਸ ਪ੍ਰੈਕਟਿਸ ਕਰਨੀ ਪਊਗੀ ਹਾਈਟ ਤਾਂ ਨਹੀਂ ਵਧੂਗੀ ਮੇਰੀ ਨਾ ਨਹੀਂ ਹੁਣ ਹਾਈਟ ਹੁਣ ਵੀ ਵਧੇ ਜੇ ਮੈਂ ਸਾਰਾ ਦਿਨ ਲੱਗ ਜਾਵਾਂ ਤਾਂ ਵੀ ਨਹੀਂ ਇਹ ਬੜਾ ਔਖਾ ਹੈ ਤੋ ਗਾਈ ਦੱਸ ਤੁਹਾਨੂੰ ਮੈਂ ਪਹਿਲਾਂ ਪੋਰਟਰੇਟ ਦਿਖਾਵਾਂ ਸੁਖਮਨ ਭਾਜੀ ਦਾ ਹੈਲੋ 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 ਐਵਰੀਵਨ ਕੀ ਹਾਲ ਆ ਫੇਸਬੁੱਕ ਵਾਲਿਓ ਸੋਰੀ ਮੈਂ ਅੱਜ ਕੱਲ੍ਹ ਲਾਈਵ ਨਹੀਂ ਹੋਇਆ ਕਿਉਂਕਿ ਮੈਂ ਥੋੜ੍ਹਾ ਐਮ ਟੀ ਵੀ 'ਤੇ ਬਿਜ਼ੀ ਸੀਗਾ ਪਰ ਹਾਲੇ ਐਮ ਟੀ ਵੀ ਚੱਲਦਾ ਪਿਆ ਆ ਕਦੇ ਵੀ ਉੱਥੋਂ ਬੁਲਾਵਾ ਆ ਸਕਦਾ ਪੋਰਟਰੇਟ ਸਾਡਾ ਤਿਆਰ ਆ ਪਰ ਇਹਦੇ ਵਿੱਚ ਅਸੀਂ ਆਪਾਂ ਫਿਨਿਸ਼ਿੰਗ ਕਰਨੀ ਹਾਂਜੀ ਭਾਅ ਜੀ ਹੈਪੀ ਚਲੋ ਥੈਂਕ ਯੂ ਬ੍ਰੋ ਲਵ ਯੂ ਅਰਸ਼ਵੀਰ ਇੱਥੇ ਕੌਣ ਅੱਛਾ ਤੁਹਾਡਾ ਨਾਂ ਅਰਸ਼ ਹੈ ਕਿਆ ਬਾਤ ਹੈ ਭਾਅ ਜੀ ਨੂੰ ਸਾਰੇ ਅੱਛਾ ਤੁਸੀਂ ਭਾਅ ਜੀ ਨੂੰ ਜਾਣਦੇ ਹੋ ਇਹਦਾ ਮਤਲਬ ਸਾਰੇ ਦੇ ਸਾਰੇ ਕਿਆ ਬਾਤ ਹੈ ਮੈਂ ਦੇਖਿਆ ਭਾਅ ਜੀ ਨੂੰ ਗੂਗਲ 'ਤੇ ਭਾਅ ਜੀ ਨੇ ਬਾਹਲੀ ਹੱਥ ਕਰਾ ਰੱਖੀ ਹੋਈ ਹੈ ਬੰਦੇ ਬਾਹਲੀ ਮਾਰੇ ਹੋਏ ਇਹਨਾਂ ਨੇ ਇੱਕ ਮਿੰਟ ਨਾਈਨ ਲਾਈਨ ਨਾ ਦਿਓ ਪੜਵਾ ਇੱਕ ਪਲੇਅਰ ਹੋਣਾ ਬਹੁਤ ਹੀ ਵੱਡੀ ਗੱਲ ਆ ਅਤੇ ਉਹ ਤੋਂ ਵੀ ਵੱਡੀ ਗੱਲ ਇਹ ਆ ਕਿ ਇਹ ਬਣਨਾ ਬਹੁਤ ਔਖਾ ਆ ਕਿਉਂਕਿ ਸਾਡੇ ਇੱਕ ਪਲੇਅਰ ਹੁੰਦੇ ਸੀਗੇ ਸਾਨੂੰ ਦੱਸਦੇ ਹੁੰਦੇ ਸੀਗੇ ਭਾਅ ਜੀ ਉਹ ਕਿ ਸਵੇਰੇ 4 ਵਜੇ ਉਠਾਲ ਕੇ ਰੱਸੀ ਬੰਨ੍ਹ ਕੇ ਬੋਰੀ ਨਾਲ ਦੜਾਉਂਦੇ ਹੁੰਦੇ ਸੀਗੇ ਭਾਅ ਜੀ ਉਹਨਾਂ ਦੇ ਸਟੂਡੈਂਟ ਹੁੰਦੇ ਸੀ ਨਾ ਅੱਧੇ ਛੱਡ ਕੇ ਦੌੜ ਜਾਂਦੇ ਸੀਗੇ ਅੱਧੇ ਬਿਮਾਰ ਹੋ ਜਾਂਦੇ ਸੀਗੇ ਕੋਈ ਇੱਕ ਪਲੇਅਰ ਹੁੰਦਾ ਸੀ ਜਿਹੜਾ ਅੱਗੇ ਵੱਜ ਜਾਂਦਾ ਹੁੰਦਾ ਸੀ ਤੁਹਾਡੀ ਵੀ ਕੋਈ ਟ੍ਰੇਨਿੰਗ ਇੱਦਾਂ ਦੀ ਹੈ ਡਿਫਰੈਂਟ ਹਰ ਕਿਸੇ ਦੀ ਨਾ ਨਾਈਨ ਲਾਈਨਰ ਵਾਲੀ
ਕਰ ਦੋ। ਸੋ ਗਾਇਜ਼ ਇਹਦੀ ਓਫੀਸ਼ੀਅਲ ਵੀਡੀਓ ਸਾਡੀ ਬਣ ਰਹੀ ਹੈ ਸਿਰਫ ਔਰ ਸਿਰਫ ਯੂਟਿਊਬ 'ਤੇ। ਯੂਟਿਊਬ 'ਤੇ ਤੁਸੀਂ ਜਾਣਾ ਤਾਂ ਕੈਮ ਸਿੰਘ ਜ਼ੋਨ ਨੂੰ ਕਲਿੱਕ ਕਰੋ ਅਤੇ ਉਹਨੂੰ ਸਬਸਕ੍ਰਾਈਬ ਕਰੋ ਸਾਡੀਆਂ ਵੀਡੀਓਜ਼ ਦੇਖਣ ਲਈ, ਔਰ ਸਨੈਪਚੈਟ 'ਤੇ ਮੈਨੂੰ ਐਡ ਕਰ ਲਓ। ਸ਼ੁਰੂ ਤੋਂ ਐਂਡ ਤੱਕ ਦੀ ਸਾਰੀ ਸਟੋਰੀ ਸਾਡੀ ਸਨੈਪਚੈਟ 'ਤੇ ਵੀ ਹੈਗੀ। ਸਨੈਪਚੈਟ ਹੈਗਾ ਮੇਰਾ ਕੈਮ ਸਿੰਘ ਜ਼ੋਨ। ਸੋ ਹੁਣ ਤੁਹਾਨੂੰ ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਤਾਂ ਕਿ ਆਪਾਂ ਇਹ ਟੈਟੂ ਕੰਪਲੀਟ ਕਰ ਲਈਏ। ਅੱਛਾ ਭਾਅ ਜੀ, ਇਹ ਤਾਂ ਦੱਸੋ ਤੁਹਾਨੂੰ ਮੇਰਾ ਕਿੱਦਾਂ ਪਤਾ ਚੱਲਿਆ? ਫੇਸਬੁੱਕ 'ਤੇ ਦੇਖਿਆ ਸੀ। ਉਦੋਂ ਨਹੀਂ ਸੋਚਦੇ ਕਿ ਟੈਟੂ ਪਵਾਉਣਾ ਇੱਧਰ ਹੀ? ਮੈਂ ਬਹੁਤ ਬਲੈਸਡ ਹਾਂ ਕਿ ਮੈਂ ਇੰਨੇ ਵੱਡੇ ਸੁਪਰ ਸਟਾਰ ਕਬੱਡੀ ਪਲੇਅਰ ਦੀ ਫੋਟੋ ਭਾਈ ਦੀ ਚੈਸਟ ਉੱਤੇ ਬਣਾ ਰਿਹਾ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਜੇ ਤੁਹਾਨੂੰ ਵੀ ਇਹ ਬਹੁਤ ਜ਼ਿਆਦਾ ਖੁਸ਼ੀ ਹੈ ਤਾਂ ਤੁਸੀਂ ਇਸ ਲਾਈਵ ਨੂੰ ਸ਼ੇਅਰ ਕਰੋ। ਅਤੇ ਹੁਣ ਮਿਲਦੇ ਹਾਂ ਤੁਹਾਨੂੰ ਬ੍ਰੇਕ ਤੋਂ ਬਾਅਦ। ਬਾਏ ਬਾਏ, ਗੁੱਡ ਨਾਈਟ, ਸ਼ੱਬਾ ਖੈਰ, ਸਲਾਮ ਵਾਲੇਕੁਮ।